ਦੀ ਟਰੁੱਥ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਕਹਾਣੀ ਸਭ ਤੋਂ ਗਰੀਬ ਆਦਮੀ। ਇੱਕ ਵਾਰ ਇੱਕ ਨਾਗਾ ਸਾਧੂ ਕਿਸੇ ਪਿੰਡ ਕੋਲੋਂ ਦੀ ਲੰਘ ਰਿਹਾ ਸੀ ਕਿ ਉਸਨੇ ਰਾਹ ਵਿੱਚ ਇੱਕ ਪੈਸਾ ਡਿੱਗਾ ਪਿਆ ਵੇਖਿਆ। ਪਹਿਲਾਂ ਤਾਂ ਉਹ ਅੱਗੇ ਲੰਘ ਗਿਆ ਕਿ ਪੈਸੇ ਨਾਲ ਉਹਦਾ ਕੀ ਵਾਸਤਾ, ਪਰ ਫਿਰ ਉਹਨੇ ਇਹ ਸੋਚ ਕੇ ਪੈਸਾ ਚੁੱਕ ਲਿਆ, ਲੱਛਮੀ ਦੀ ਇਸ ਤਰ੍ਹਾਂ ਨਰਾਦਰੀ ਕਰਨੀ ਠੀਕ ਨਹੀਂ। ਪੈਸੇ ਨੂੰ ਸਾਧੂ ਨੇ ਆਪਣੀ ਮੁੱਠੀ ਵਿੱਚ ਘੁੱਟ ਲਿਆ ਅਤੇ ਸੋਚਣ ਲੱਗਾ, ਮੇਰੇ ਤਾਂ ਇਹ ਕਿਸੇ ਕੰਮ ਦਾ ਨਹੀਂ, ਕਿਉਂ ਨਾ ਇਹ ਪੈਸਾ ਕਿਸੇ ਸਭ ਤੋਂ ਗਰੀਬ ਆਦਮੀ ਨੂੰ ਦੇ ਦਿੱਤਾ ਜਾਵੇ। ਨਾਗਾ ਕਿਸੇ ਗਰੀਬ ਆਦਮੀ ਦੀ ਤਲਾਸ਼ ਕਰਨ ਲੱਗਾ। ਥੋੜ੍ਹੀ ਦੂਰ ਗਿਆ ਤਾਂ ਉਹਨੇ ਇੱਕ ਫਕੀਰ ਸਾਹਮਣੇ ਆਉਂਦਾ ਵੇਖਿਆ। ਗਲ ਵਿੱਚ ਇੱਕ ਪੁਰਾਣਾ ਚੋਲਾ ਸੀ ਜਿਸ ਨੂੰ ਉਹਨੇ ਰੰਗ ਬਿਰੰਗੀਆਂ ਟਾਕੀਆਂ ਨਾਲ ਥਾਂ ਥਾਂ ਤੋਂ ਵੰਡਿਆ ਹੋਇਆ ਸੀ। ਲੱਕ ਦੁਆਲੇ ਉਹਨੇ ਇੱਕ ਮੈਲੀ ਲੱਟ ਜਿਹੀ ਚਾਦਰ ਬੰਨ੍ਹੀ ਹੋਈ ਸੀ। ਗਲ ਵਿੱਚ ਮਣਕੇ ਦੀ ਮਾਲਾ ਸੀ ਅਤੇ ਹੱਥ ਵਿੱਚ ਖੱਪਰ। ਫਕੀਰ ਦੇ ਚਿਹਰੇ ਉੱਤੇ ਮੁਸਕਰਾਹਟ ਖੇਡ ਰਹੀ ਸੀ। ਫਕੀਰ ਨੂੰ ਵੇਖ ਕੇ ਨਾਗਾ ਸੋਚਣ ਲੱਗਾ, ਇਹ ਫਕੀਰ ਤਾਂ ਹੈ ਪਰ ਸਭ ਤੋਂ ਵੱਧ ਗਰੀਬ ਨਹੀਂ ਹੋ ਸਕਦਾ। ਗਰੀਬੀ ਦੇ ਚਿਹਰੇ ਉੱਤੇ ਸਹਿਜ ਮੁਸਕਾਨ ਨਹੀਂ ਹੁੰਦੀ, ਇਹ ਤਾਂ ਅੰਦਰੋਂ ਸੰਤੁਸ਼ਟ ਏ। ਨਾਗਾ ਸ਼ਹਿਰ ਵੱਲ ਤੁਰਦਾ ਗਿਆ। ਰਾਹ ਵਿੱਚ ਇੱਕ ਮੰਦਰ ਆਇਆ। ਮੰਦਰ ਦੇ ਸਾਹਮਣੇ ਕਈ ਮੰਗਤੇ ਬੈਠੇ ਹੋਏ ਸਨ। ਕੋਈ ਲੂਲਾ ਸੀ, ਕੋਈ ਲੰਗੜਾ ਅਤੇ ਕੋਈ ਅੰਨਾ। ਮੰਦਰ ਦੇ ਅੰਦਰ ਆਉਂਦੇ ਜਾਂਦੇ ਸ਼ਰਧਾਲੂ ਇਹਨਾਂ ਮੰਗਤਿਆਂ ਨੂੰ ਪੈਸਾ, 2 ਪੈਸੇ ਦੇ ਜਾਂਦੇ। ਮੰਗਤਿਆਂ ਦੇ ਸਾਹਮਣੇ ਪੈਸੇ ਖਿਲਰੇ ਪਏ ਸਨ। ਜਿਨ੍ਹਾਂ ਲੋਕਾਂ ਦੇ ਅੱਗੇ ਪੈਸਿਆਂ ਦਾ ਇਉਂ ਖਿਲਾਰਾ ਪਿਆ ਹੋਇਆ, ਉਹ ਕਿਵੇਂ ਗਰੀਬ ਹੋ ਸਕਦੇ ਨੇ? ਨਾਗੇ ਸਾਧੂ ਨੇ ਸੋਚਿਆ ਅਤੇ ਪੈਸੇ ਨੂੰ ਮੁੱਠੀ ਵਿੱਚ ਘੁੱਟ ਕੇ ਫੜ ਲਿਆ ਕਿ ਕਿਧਰੇ ਤਿਲਕ ਕੇ ਡਿੱਗ ਨਾ ਜਾਏ। ਉੱਥੋਂ ਨਾਗਾ ਅੱਗੇ ਤੁਰ ਪਿਆ। ਸ਼ਹਿਰ ਦੇ ਬਾਹਰ ਵਾਰ ਉਹਨੇ ਇੱਕ ਮਜ਼ਦੂਰ ਨੂੰ ਮਿੱਟੀ ਢਾਉਂਦੇ ਵੇਖਿਆ। ਉਹਦੇ ਪਿੰਡੇ 'ਤੇ ਲੀਰਾਂ ਲੰਕ ਰਹੀਆਂ ਸਨ। ਪਤਾ ਨਹੀਂ ਇਸ ਵਿਚਾਰੇ ਨੇ ਸਵੇਰ ਦਾ ਕੁਝ ਖਾਧਾ ਵੀ ਹੈ ਕਿ ਨਹੀਂ, ਨਾਗੇ ਨੇ ਸੋਚਿਆ। ਇਸ ਤੋਂ ਵੱਧ ਕੌਣ ਗਰੀਬ ਹੋਣਾ? ਨਾਗੇ ਸਾਧੂ ਨੇ ਅੱਗੇ ਵੱਧ ਕੇ ਉਹਨੂੰ ਪੈਸਾ ਦੇਣਾ ਚਾਹਿਆ, ਪਰ ਅਚਾਨਕ ਸਾਧੂ ਦੀ ਨਜ਼ਰ ਉਹਦੇ ਚਿਹਰੇ 'ਤੇ ਬਿਖਰੇ ਮੁੜਕੇ 'ਤੇ ਪੈ ਗਈ। ਉਹਦੇ ਮੂੰਹ 'ਤੇ ਪਸੀਨੇ ਦੀਆਂ ਨਿੱਕੀਆਂ ਬੂੰਦਾਂ ਮੋਤੀਆਂ ਵਾਂਗ ਚਮਕ ਰਹੀਆਂ ਸਨ। ਜਿਸਦੇ ਚਿਹਰੇ 'ਤੇ ਪਸੀਨੇ ਦੀਆਂ ਬੂੰਦਾਂ ਲਿਸ਼ਕਣ, ਉਹ ਕਦੇ ਗਰੀਬ ਨਹੀਂ ਹੋ ਸਕਦਾ। ਮੁੜਕਾ ਤਾਂ ਸੋਨੇ ਦੇ ਭਾਅ ਤੁਲਣਾ ਚਾਹੀਦਾ ਏ। ਇਹ ਗੱਲ ਸੋਚ ਕੇ ਨਾਗਾ ਸਾਧੂ ਪੈਸਾ ਮੁੱਠੀ ਵਿੱਚ ਘੁੱਟ ਆਪਣੇ ਕੁਟੀਆ ਵੱਲ ਤੁਰ ਪਿਆ। ਅਗਲੇ ਦਿਨ ਸਵੇਰੇ ਫਿਰ ਨਾਗਾ ਸਾਧੂ ਕਿਸੇ ਗਰੀਬ ਆਦਮੀ ਦੀ ਭਾਲ ਵਿੱਚ ਨਿਕਲ ਤੁਰਿਆ। ਸਾਧੂ ਤੁਰਦਾ ਗਿਆ, ਤੁਰਦਾ ਗਿਆ। ਅਚਾਨਕ ਉਸਨੂੰ ਦੂਰੋਂ ਸ਼ਾਹੀ ਸਵਾਰੀ ਆਉਂਦੀ ਵਿਖਾਈ ਦਿੱਤੀ। ਰਾਜਾ ਪਾਲਕੀ ਵਿੱਚ ਬੈਠਾ ਆਪਣੇ ਸਿਪਾਹੀਆਂ ਨਾਲ ਕਿਧਰੇ ਜਾ ਰਿਹਾ ਸੀ। ਸਿਪਾਹੀ ਘੋੜਿਆਂ ਉੱਤੇ ਸਵਾਰ ਸਨ। ਇੱਕ ਸਿਪਾਹੀ ਅੱਗੇ ਅੱਗੇ ਤੁਰਦਾ ਲੋਕਾਂ ਨੂੰ ਰਸਤੇ ਵਿੱਚੋਂ ਹਟਾ ਰਿਹਾ ਸੀ। ਇੱਕ ਸਿਪਾਹੀ ਨੇ ਸਾਧੂ ਨੂੰ ਰਸਤੇ ਵਿੱਚੋਂ ਇੱਕ ਪਾਸੇ ਹੋ ਜਾਣ ਵਾਸਤੇ ਆਖਿਆ ਤਾਂ ਸਾਧੂ ਨੇ ਪੁੱਛਿਆ, ਇਹ ਸ਼ਖਸ ਕੌਣ ਹੈ ਅਤੇ ਕਿੱਧਰ ਜਾ ਰਿਹਾ ਏ? ਇਹ ਦੇਸ਼ ਦਾ ਰਾਜਾ ਏ, ਸਿਪਾਹੀ ਨੇ ਦੱਸਿਆ ਅਤੇ ਕਿਹਾ, ਇਹ ਗੁਆਂਢੀ ਮੁਲਕ ਉੱਤੇ ਧਾਵਾ ਬੋਲਣ ਵਾਸਤੇ ਜਾ ਰਿਹਾ ਏ। ਕੁਝ ਫੌਜ ਅੱਗੇ ਨਿਕਲ ਗਈ ਏ ਅਤੇ ਕੁਝ ਪਿੱਛੇ ਆ ਰਹੀ ਏ। ਨਾਗਾ ਸਾਧੂ ਇੱਕ ਪਾਸੇ ਖੜ੍ਹਾ ਹੋ ਗਿਆ। ਉਹਦੀਆਂ ਅੱਖਾਂ ਸਾਹਮਣੇ ਲੜਾਈ ਦੀ ਝਾਕੀ ਘੁੰਮਣ ਲੱਗੀ। ਘਸਮਾਣ ਯੁੱਧ, ਲਾਸ਼ਾਂ ਦੇ ਢੇਰ, ਧਰਤੀ ਉੱਤੇ ਲਹੂ ਅਤੇ ਮਿੱਝ ਵਿਖਰੀ ਹੋਈ, ਗਿਰਜਾਂ ਮੁਰਦਿਆਂ ਉੱਤੇ ਝਪਟਦੀਆਂ। ਨਾਗਾ ਸਾਧੂ ਸੋਚਣ ਲੱਗਾ, ਚੱਪਾ ਕੁ ਧਰਤੀ ਵਾਸਤੇ ਜੋ ਰਾਜਾ ਵਿਆਕੁਲ ਹੋਵੇ, ਮਨੁੱਖਾਂ ਦਾ ਲਹੂ ਡੋਲਣ ਵਾਸਤੇ ਤਿਆਰ ਹੋ ਜਾਵੇ, ਉਹ ਤਾਂ ਬਹੁਤ ਗਰੀਬ ਹੀ ਹੋਵੇਗਾ, ਸ਼ਾਇਦ ਸਭ ਤੋਂ ਵੱਧ ਗਰੀਬ। ਜਦੋਂ ਰਾਜਾ ਨਾਗੇ ਸਾਧੂ ਦੇ ਕੋਲੋਂ ਲੰਘਿਆ ਤਾਂ ਸਾਧੂ ਨੇ ਉਹ ਪੈਸਾ ਉਹਦੇ ਵੱਲ ਵਗਾ ਸੁੱਟਿਆ। ਸਿਪਾਹੀਆਂ ਨੇ ਸਾਧੂ ਨੂੰ ਰਾਜੇ ਵੱਲ ਕੋਈ ਚੀਜ਼ ਸੁੱਟਦਿਆਂ ਵੇਖ ਕੇ ਫੜ ਲਿਆ ਅਤੇ ਰਾਜੇ ਅੱਗੇ ਜਾ ਹਾਜ਼ਰ ਕੀਤਾ। ਤੂੰ ਮੇਰੇ ਵੱਲ ਕੀ ਸੁੱਟਿਆ ਸੀ? ਰਾਜੇ ਨੇ ਅੱਖਾਂ ਲਾਲ ਕਰਦੇ ਹੋਏ ਪੁੱਛਿਆ। ਮੈਂ ਤਾਂ ਇੱਕ ਪੈਸਾ ਸੁੱਟਿਆ ਸੀ, ਪਰ ਕਿਉਂ? ਇਹ ਪੈਸਾ ਮੈਨੂੰ ਰਾਹ ਵਿੱਚ ਲੱਭ ਪਿਆ ਸੀ।
ਮੈਂ ਨਾਗਾ ਸਾਧੂ ਹਾਂ, ਇਹ ਮੇਰੇ ਕਿਸੇ ਕੰਮ ਦਾ ਨਹੀਂ। ਮੈਂ ਸੋਚਿਆ ਜਿਹੜਾ ਸਭ ਤੋਂ ਗਰੀਬ ਆਦਮੀ ਟੱਕਰੇਗਾ ਉਹਨੂੰ ਦੇ ਦਿਆਂਗਾ। ਫਿਰ ਰਾਜੇ ਦੀ ਦਿਲਚਸਪੀ ਜਾਗ ਪਈ। ਅੱਜ ਤੁਹਾਨੂੰ ਵੇਖਿਆ, ਤੁਸੀਂ ਦੂਜੇ ਮੁਲਕ ਉੱਤੇ ਹਮਲਾ ਕਰਨ ਲਈ ਜਾ ਰਹੇ ਸੀ, ਮੈਂ ਤੁਹਾਡੇ ਵੱਲ ਸੁੱਟ ਦਿੱਤਾ, ਪਰ ਮੈਂ ਸਭ ਤੋਂ ਗਰੀਬ ਕਿਵੇਂ ਹੋਇਆ? ਜਿਹੜਾ ਆਦਮੀ ਚਪਾਕ ਜ਼ਮੀਨ ਲਈ ਲਹੂ ਦੀਆਂ ਨਦੀਆਂ ਵਗਾਉਣ ਲਈ ਤਿਆਰ ਹੋ ਜਾਵੇ ਉਹ ਗਰੀਬ ਨਹੀਂ ਤਾਂ ਹੋਰ ਕੀ ਹੋ ਸਕਦਾ? ਰਾਜਾ ਬੜਾ ਸ਼ਰਮਿੰਦਾ ਹੋਇਆ ਅਤੇ ਉਸੇ ਪੈਰ ਆਪਣੇ ਮਹਿਲਾਂ ਵੱਲ ਤੁਰ ਪਿਆ। ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਆਪਣਾ ਰਿਵਿਊ ਕਮੈਂਟਸ ਰਾਹੀਂ ਜ਼ਰੂਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।